kid. Aao dardani mara, mera sidhu moose wala. ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ ਵੀਰੋ, ਕੀ ਹਾਲ ਚਾਲ ਹੈ ਤੁਹਾਡਾ? ਸਾਰੇ ਠੀਕ ਠਾਕ ਹੋ, ਚੁਬਰੋ ਫਿੱਟ ਹੋ? ਅੱਛਾ ਬਈ, 2-4 ਦਿਨ ਪਹਿਲੇ ਅਸੀਂ ਸਿੱਧੂ ਮੂਸੇਵਾਲੇ ਦੇ ਆਖਰੀ ਇੰਟਰਵਿਊ ਦੀ ਹਾਈਲਾਈਟਸ ਦੇ ਉੱਤੇ ਕੀਤਾ ਸੀ ਰਿਐਕਸ਼ਨ, ਅਤੇ ਉਹਦੇ ਕੁਛ ਪਾਰਟਸ ਮਜ਼ੀਦ ਅੱਗੇ ਆਉਣਗੇ. ਅੱਜ ਉਸ ਇੰਟਰਵਿਊ ਦਾ ਅਫੀਸ਼ੀਅਲੀ ਪਹਿਲਾ ਪਾਰਟ ਅਸੀਂ ਰਿਐਕਟ ਕਰਨ ਜਾ ਰਹੇ ਹਾਂ, ਔਰ ਬਾਕੀ 2 ਪਾਰਟ ਨੇ ਉਹ ਵੀ ਇਨਸ਼ਾਅੱਲਾ ਤੁਸੀਂ ਇਸੇ ਹੀ ਪਲੇਲਿਸਟ 'ਚ ਆਓਗੇ ਤਾਂ ਪਲੇਲਿਸਟ 'ਚ ਤੁਸੀਂ ਦੇਖ ਸਕੋਗੇ ਕਿੱਥੇ ਇੰਟਰਵਿਊ ਇੱਕ ਸਾਈਡ 'ਤੇ ਪਏ ਹੋਣਗੇ ਮੂਸੇਵਾਲੇ ਦਾ. ਹਰ ਚੀਜ਼ ਦੀ ਪਲੇਲਿਸਟ ਬਣੀ ਪਈ ਹੈ ਬਈ, ਆਪਣੇ ਚੈਨਲ ਦੀ ਕੋਈ ਟੈਨਸ਼ਨ ਨਹੀਂ ਹੈ, ਜਿੱਥੇ ਜਾਓ ਜਿਹੜੀ ਕੋਈ ਨਹੀਂ ਵੀਡੀਓ ਦੇਖ ਸਕਦੇ ਤੁਸੀਂ. ਅੱਜ ਅਸੀਂ ਅੱਗੇ ਸਿੱਧੂ ਮੂਸੇਵਾਲੇ ਦੇ ਆਖਰੀ ਇੰਟਰਵਿਊ ਦੇ ਪਹਿਲੇ ਪਾਰਟ 'ਤੇ ਰਿਐਕਟ ਕਰ ਰਹੇ ਹਾਂ, ਦੇਖਦੇ ਹਾਂ ਕੀ ਗੱਲਾਂ ਬਾਤਾਂ ਹੋਈਆਂ ਨੇ ਅਤੇ ਕਿਸ ਬਾਰੇ ਸੀ ਇੰਟਰਵਿਊ. ਅਤੇ ਕਰੀਏ ਵੀਡੀਓ ਸ਼ੁਰੂ. ਲੈਟ ਗੈਟ ਚੈਟ ਤਾਂ ਸ਼ੈਟ ਬਹੁਤ ਸਾਰੇ ਨੇ ਸਿੱਧੂ ਮੂਸੇਵਾਲਾ ਦੇ ਨਾਲ ਅੱਜ ਗੱਲਬਾਤ ਕਰਦੇ ਆ ਸਾਡੇ ਨਾਲ ਨੇ, ਬਹੁਤ ਸਵਾਗਤ ਹੈ ਬਾਈ ਜੀ. ਥੈਂਕ ਯੂ ਬਾਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ. ਕੰਟਰੋਵਰਸੀਆਂ ਕਰਕੇ ਚਰਚਾ ਛੁੰਨੇ ਹੋ ਅੱਜ, ਤੁਹਾਡੇ ਵਿਰੋਧੀ ਤੇ ਜਿਨ੍ਹਾਂ ਤੋਂ ਤੁਸੀਂ ਚੋਣ ਹਾਰੇ ਉਹਨਾਂ ਕਰਕੇ ਚਰਚਾ ਚ. ਚੋਣ ਨਹੀਂ, ਮੈਂ ਜੀ ਆਪਦੇ ਕੰਮ ਚਰਚਾ ਚ ਹੁੰਦਾ, ਤੇ ਕੰਟਰੋਵਰਸੀਆਂ ਜਦੋਂ ਤੁਹਾਡਾ ਕੰਮ ਚੰਗਾ ਹੁੰਦਾ ਆਪੇ ਆਪ ਨਾਲ ਨਾਲ ਜੁੜੀ ਜਾਂਦੀਆਂ ਰਹਿੰਦੀਆਂ ਨੇ, ਤੇ ਅੱਜ ਤਾਂ ਮੈਨੂੰ ਖਾਮ ਖਾਜ ਚਰਚਾ ਚ ਲਿਆਂਦਾ ਗਿਆ. ਅੱਜ ਤਾਂ ਕਿਸੇ ਦੇ ਕੰਮ ਕਰਕੇ ਤੇ ਅੱਜ ਮੈਂ ਉਹੀ ਚਰਚਾ ਚ ਆ ਗਿਆ. ਅੱਜ ਉਹਦੀ ਕੰਟਰੋਵਰਸੀ ਮੇਰੇ ਨਾਲ ਜੁੜ ਕੇ ਦੇਖੋ. ਕਿਸੇ ਦੀ ਗੱਲ ਮੈਂ ਤਾਂ ਇਹ ਚ ਕੁਛ ਨਹੀਂ ਕਰਿਆ ਸੀ, ਪਰ ਕਿਸੇ ਨੇ ਕਰਿਆ, ਫਿਰ ਵੀ ਅੱਜ ਮੇਰੀ ਇੰਟਰਵਿਊ ਹੋ ਰਹੀ ਹੈ. ਕੀ ਓਪੀਨੀਅਨ ਸੀ ਤੁਹਾਡਾ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਹੈ? ਓਪੀਨੀਅਨ ਕੀ ਹੋ ਸਕਦਾ ਜੀ, ਓਵਰਆਲ ਦੇਖਿਆ ਜਾਵੇ ਤਾਂ ਬੁਰਾ ਲੱਗਿਆ ਵੀ ਮਸਾਂ ਜ਼ਿਲ੍ਹੇ ਨੂੰ ਕੋਈ ਮੰਤਰੀ ਮਿਲਿਆ ਸੀ ਤੇ ਮੰਤਰੀ ਸਾਹਿਬ ਨੇ ਇਹ ਕੰਮ ਕਰਤਾ, ਤੇ ਫਿਰ ਇਹ ਲੱਗਿਆ ਵੀ ਚਲੋ ਜੋ ਜੈਸਾ ਕਰਦਾ ਉਹ ਐਸਾ ਉਹਨੂੰ ਵੈਸੀ ਕਰਨੀ ਵੈਸੀ ਬਣਨੀ. ਮਿਕਸ ਜਿਹਾ ਰਿਸਪੌਂਸ ਸੀਗਾ, ਲੋਕ ਖੁਸ਼ ਸੀ ਬਹੁਤ ਜ਼ਿਆਦਾ, ਤੇ ਵੀ ਐਂ ਹੋ ਗਿਆ ਜੀ ਐਂ ਹੋ ਗਿਆ. ਪਰ ਮੈਂ ਕਿਤੇ ਨਾ ਕਿਤੇ ਇਹ ਸੋਚਦਾ ਵੀ ਯਾਰ ਕਿਸੇ ਦੇ ਚਲੋ ਬੁਰੇ ਤੇ ਆਪਾਂ ਨੂੰ ਖੁਸ਼ ਹੋਣ ਦੀ ਬਜਾਏ ਵੀ ਚਲੋ ਠੀਕ ਹੈ ਯਾਰ ਕੋਈ ਨੀ. ਪਰ ਯਾਨੀ ਕਿ ਜੇ ਆਪਾਂ ਜ਼ਿਲ੍ਹੇ ਲਈ ਕਹੀਏ, ਲੋਕਾਂ ਲਈ ਕਹੀਏ ਤਾਂ ਬਹੁਤ ਵੱਡੀ ਯਾਨੀ ਕਿ ਤ੍ਰਾਸਦੀ ਹੈ ਸਾਡੀ, ਕਿਉਂਕਿ ਘਰ ਦੇ ਬਾਹਰ ਅੱਜ ਤੁਹਾਡੇ ਸਾਥੀਆਂ ਨੇ ਆਸ਼ਾ ਧੂਲਿਆ ਨਾਟ 11 ਦੇ ਨਾਲ ਕਰੀਏ ਜੀ. ਆਸ਼ਾ ਧੂਲਿਆ ਸਾਰੇ ਪਰੋਤਾ ਸਾਰੇ ਜ਼ਿਲ੍ਹੇ ਜੀ ਧੂਲਿਆ ਕਿ ਧੂਲਿਆ ਆਸ਼ਾ ਟਰੈਕਟਰ ਨੂੰ ਤੈਨੂੰ ਧੂਲਿਆ ਕਿਤੇ ਕਹਿ ਰਿਹਾ ਹੈ? ਸਿਆਸਤ ਰਾਸ ਆਈ ਹੈ, ਸਿਆਸਤ ਮੈਨੂੰ ਜਿਸ ਤੱਕ ਇਹ ਲੱਗਦਾ ਵੀ ਰਾਸ ਹੋਣ ਵਾਸਤੇ ਨੀ ਹੁੰਦੀ ਜੀ, ਸਿਆਸਤ ਇਜ਼ ਅ ਪ੍ਰੋਫੈਸ਼ਨ ਸਰਵ ਕਰਨ ਵਾਸਤੇ. ਕੀ ਬਾਤ ਹੈ, ਮੈਨੂੰ ਮੇਰਾ ਕੰਮ ਰਾਸ ਆਇਆ ਹੋਇਆ, ਮੈਨੂੰ ਸਿਆਸਤ ਰਾਸ ਆਉਣ ਦੀ ਲੋੜ ਹੀ ਨਹੀਂ. ਕੀ ਬਾਤ ਹੈ, ਗੱਲ ਤੇ ਇਹ ਹੋਈ ਹੈ ਇੰਨਾ ਵਧੀਆ ਚੱਲਦਾ, ਮੈਨੂੰ ਸਿਆਸਤ ਦਾ ਲੈਣਾ ਦੇਣਾ? ਸਿਆਸਤ ਇਜ਼ ਅ ਯਾਨੀ ਕਿ ਇੱਕ ਕੰਮ ਹੈ ਜਿਹੜਾ ਜਿਹੜਾ ਲੋਕਾਂ ਦੀ, ਜੇ ਆਪਾਂ ਕੋਈ ਕਹਿੰਦੇ ਵੀ ਗੁੱਡ ਵਰਕ ਹੈ ਕਿਸੇ ਦੇ ਗੁੱਡ ਬੁੱਕਸ ਚਾਉਣ ਦੇ ਲਈ. ਕੀ ਬਾਤ ਹੈ, ਜੇ ਕੋਈ ਸਮਝੇ ਤਾਂ ਇਸ ਚੀਜ਼ ਨੂੰ ਸਮਝੇ, ਵਾਕਈ ਸਹੀ ਗੱਲ ਹੈ. ਸਾਡੇ ਵਰਗੇ ਪਾਕਿਸਤਾਨੀ ਸਿਆਸਤਾਂ ਆ ਨਹੀਂ, ਇਹਨਾਂ ਦੀ ਮਮਾਂ ਨੂੰ ਲੰਘ ਲੈ ਜਾਂਦੇ ਚੁੱਕ ਕੇ. ਰਾਸ ਹੋਣੀ ਚਾਹੀਦੀ, ਰਾਸ ਇਹ ਉਹਨਾਂ ਨੂੰ ਹੁੰਦੀ ਹੈ ਜਿਹਨਾਂ ਨੇ ਕੋਈ ਠੱਗੀਆਂ ਡੁੱਗੀਆਂ ਮਾਰਨੀਆਂ ਤੇ ਮੁੜ ਕੇ ਫੜੇ ਨਹੀਂ ਜਾਂਦੇ. ਜਿਵੇਂ ਸਾਡੀ ਨਾਨੀ ਦਾਦੀ ਦੇ ਚੱਲਣ ਡਈ ਮਰੀਮ ਸਾਹਿਬ, ਇੱਕ ਡਿਫਰੈਂਟ ਗੱਲ ਹੈ. ਪਰ ਠੀਕ ਹੈ ਜੀ, ਮੈਂ ਇੱਕ ਆਪਣੇ ਜੋ ਮੇਰੇ ਮਨ ਦੀ ਆਵਾਜ਼ ਸੀ ਮੈਂ ਉਹ ਕਰਕੇ ਦੇਖੀ. ਚਲੋ ਲੋਕਾਂ ਨੇ ਉਸ ਚੀਜ਼ ਨੂੰ ਸਹੀ ਨਹੀਂ ਸਮਝਿਆ, ਪਰ ਕੋਈ ਗੱਲ ਨਹੀਂ, ਨੈਕਸਟ ਟਾਈਮ ਟਰਾਈ ਕਰਾਂਗੇ. ਤੁਹਾਡਾ ਇੱਕ ਕਿਰਦਾਰ ਹੈ ਜਿੱਥੇ ਤੁਸੀਂ ਅਕਸਰ ਹਰ ਗੱਲ 'ਚ ਕਹਿੰਦੇ ਹੋ ਨਾ ਦੱਬਣ ਵਾਲਾ ਬੰਦਾ, ਮੈਂ ਦੱਬਦਾ ਨਹੀਂ ਹਾਂ, ਪਰ ਜਦੋਂ ਚੋਣ ਹਾਰਦੇ ਹੋ ਤਾਂ ਕੀ ਤੁਸੀਂ ਸਾਈਕੋਲੋਜੀਕਲੀ ਉਹਨੂੰ ਇਸ ਤਰ੍ਹਾਂ ਲਿਆ ਕਿ ਮੈਂ ਦੱਬ ਗਿਆ? ਨਹੀਂ, ਦੱਬਣ ਦਾ ਮਤਲਬ ਇਹ ਹੈ ਵੀ ਅਸੀਂ ਉਹ ਕਹਿੰਦੇ ਨੇ ਵੀ ਕੀਪ ਮੂਵਿੰਗ, ਅਸੀਂ ਤੁਰਦੇ ਰਹਿਣਾ ਆਪਦੇ ਲਕਸ਼ ਵੱਲ ਆਪਦੇ ਕੰਮ ਲਏ. ਇੱਕ ਦੱਬਣਾ ਉਹ ਹੁੰਦਾ ਵੀ ਡਿਪਰੈਸ ਹੋ ਕੇ ਬਹਿ ਜਾਣਾ. ਹਾਂਜੀ, ਡਿਪਰੈਸ਼ਨ ਇਜ਼ ਅ ਕਹਿੰਦੇ ਵੀ ਕਲਾਈਮੈਟਿਕ ਚੇਂਜ ਹੈ ਇੱਕ ਆਪਣੇ ਮੈਂਟਲ ਬਿਹੇਵੀਅਰ 'ਚ, ਉਹ ਸਾਰਿਆਂ ਨੂੰ ਹੁੰਦਾ ਜੀ, ਮੈਨੂੰ ਵੀ ਹੁੰਦਾ, ਮੈਨੂੰ ਵੀ ਬੁਰਾ ਲੱਗਿਆ ਵੀ ਮੈਂ ਹਾਰ ਗਿਆ. ਪਰ ਹਾਰਨਾ ਹਮੇਸ਼ਾ ਕੋਈ ਇਹ ਨਹੀਂ ਹੁੰਦਾ ਵੀ ਜਿੱਤੀ ਜਿੱਤੀ ਨਹੀਂ ਸਕਦੇ ਕਦੇ ਤੁਸੀਂ. ਮੈਂ ਬੜੀ ਵਾਰੀ ਹਾਰਿਆ ਪਹਿਲਾਂ ਵੀ ਆਪਦੇ ਪ੍ਰੋਫੈਸ਼ਨ 'ਚ ਵੀ, ਫਿਰ ਮੈਂ ਐਸੀ ਜਿੱਤ ਦਰਜ ਕੀਤੀ ਤੇ ਸਾਰੀ ਦੁਨੀਆ ਜਾਣਦੀ ਅੱਜ. ਪਹਿਲੀ ਵਾਰੀ ਸੀਗਾ, ਸੋ ਕੋਈ ਮਸਲੇ ਵਾਲੀ ਗੱਲ ਨਹੀਂ ਜੀ. ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਸਾਰੀਆਂ ਇੱਟਾਂ ਮਹਿਲ ਨੂੰ ਲੱਗਣੀਆਂ ਜ਼ਰੂਰੀ ਨਹੀਂ ਹੁੰਦੀਆਂ, ਕਈ ਨਿਉਂ 'ਚ ਵੀ ਦੱਬਣੀਆਂ ਪੈਂਦੀਆਂ, ਕੋਈ ਗੱਲ ਨਹੀਂ, ਮਹਿਲ ਅਗਲੀਆਂ ਨਾਲ ਪਾ ਲੈ. ਪਰ ਕਦੇ ਕਿਸੇ ਮੋੜ ਤੇ ਉਦੋਂ ਇਹ ਮਹਿਸੂਸ ਹੋਇਆ ਕਿ ਯਾਰ ਨਹੀਂ ਪੰਗਾ ਨਹੀਂ ਲੈਣਾ ਚਾਹੀਦਾ ਸੀ, ਜਾਂ ਮੈਂ ਬਣਿਆ ਨਹੀਂ ਸੀ ਸ਼ਾਇਦ ਇਸ ਕੰਮ ਵਾਸਤੇ? ਮਹਿਸੂਸ ਹੋਇਆ ਜਦੋਂ ਲੋਕ, ਜਦੋਂ ਆਪਣੇ ਹੀ ਲੋਕ ਜਿਨ੍ਹਾਂ ਦੀ ਤੁਸੀਂ ਖੜਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡਾ ਮਜ਼ਾਕ ਉਡਾਉਣ ਲੱਗ ਜਾਣਾ ਵੀ ਦੇਖੋ ਇਹ ਹਾਰ ਗਿਆ, ਉਹ ਲੈ ਗਏ ਨਾਟਕ ਨੂੰ ਚੱਕ ਕੇ ਫਲਾਣਾ ਲੈ ਗਏ, ਉਦੋਂ ਮਹਿਸੂਸ ਹੁੰਦਾ ਵੀ ਯਾਰ ਇਹਨਾਂ ਲੋਕਾਂ ਦੀ ਗੱਲ ਕਰਨ ਵਾਸਤੇ ਤੂੰ ਇੱਥੇ ਆਇਆ. ਦੁੱਖ ਲੱਗਦਾ ਮਤਲਬ, ਨਿਰਾਸ਼ ਦੇ ਵੀ ਤੈਨੂੰ ਖੜਾ ਹੋਣ ਦੀ ਕੀ ਲੋੜ ਸੀ, ਤੂੰ ਇੰਨਾ ਖਤਰ ਦਾ ਖੜਾ ਹੋਇਆ, ਇਹੀ ਬੰਦੇ ਤੈਨੂੰ ਤਾੜੀ ਮਾਰ ਕੇ ਕਹਿੰਦਾ ਸ਼ਾਬਾਸ਼ ਬਈ ਗਿਆ ਮੂਸੇ ਹੱਥ,
ਮੂਸੇਵਾਲੇ ਨੂੰ ਕੀ ਲੋੜ ਸੀ ਯਾਰ ਮਹਿਸੂਸ ਹੋਇਆ ਫਿਰ ਮੈਂ ਆਪਦੇ ਆਪ ਨੂੰ ਉਹੀ ਗੱਲ ਹੈ ਵੀ ਕੀਪ ਮੂਵਿੰਗ ਦੱਬਣ ਵਾਲੀ ਗੱਲ ਇਹ ਮਿੱਤਰਾਂ ਲੋਕ ਨੇ ਲੋਕ ਬਹੁਤ ਕੁਛ ਬਹੁਤ ਬੰਦਿਆਂ ਬਾਰੇ ਕਹਿੰਦੇ ਨੇ ਤੇ ਜੋ ਇਹ ਕਹਿੰਦੇ ਨੇ ਉਹ ਸੱਚ ਨੀ ਸਾਰਾ ਸੱਚ ਨੀ ਥੋੜਾ ਬਹੁਤ ਹੋ ਸਕਦਾ ਤੇਰੀ ਹਾਰ ਸੱਚੀ ਹੋ ਸਕਦੀ ਹੈ ਪਰ ਤੇਰਾ ਨਿਸ਼ਚਾ ਨੀ ਝੂਠਾ ਹੋ ਸਕਦਾ ਜਿਹੜਾ ਨਿਸ਼ਚਾ ਤੂੰ ਲੈ ਕੇ ਆਇਆ ਸੀ ਸੋ ਮੈਨੂੰ ਠੀਕ ਹੈ ਜੀ ਜਿਹੋ ਜਿਹੇ ਫਿਰ ਲੋਕ ਕਹਿੰਦੇ ਨੇ ਫਿਰ ਉਹੋ ਜਿਹੀ ਆਪਾਂ ਲੋਕਾਂ ਨਾਲ ਕਰ ਲਈ ਦੀ ਉਨੀ ਉਹੋ ਜਿਹਾ ਮੈਂ ਫਿਰ ਗਾਣੇ ਚ ਉਹਨਾਂ ਨੂੰ ਦੱਸਤਾ ਗਾਣਾ ਜਿਹੜਾ ਆਇਆ ਸੀ ਜਿੱਤ ਗਿਆ ਕੌਣ ਗਿਆ ਹਾਂ ਦੱਸੋ ਕੌਣ ਫੰਡਾਮੈਂਟਲ ਲੈਵਲ ਇੰਨੀ ਕੁ ਸੋਚ ਲਿਓ ਤੁਸੀਂ ਤੁਹਾਨੂੰ ਇੰਨਾ ਕੀ ਪਤਾ ਹੈ ਲੈਵਲ ਮੈਂ ਤਾਂ ਆਪਦੇ ਲੋਕਾਂ ਖਾਤਰ ਕਰ ਗਿਆ ਤੁਹਾਡੇ ਚ ਕਿਸੇ ਚ ਹਿੰਮਤ ਹੋਈ ਜਿਹੜੇ ਅੱਜ ਹੱਸ ਰਹੇ ਹੋ ਕੋਈ ਖੜਿਆ ਤੁਹਾਡੇ ਆਪਦੇ ਪਿੰਡ ਦੇ ਵਾਸਤੇ ਮੇਰੇ ਕੋਲੇ ਜਦੋਂ ਸਾਰਾ ਕੁਛ ਹੈ ਇੱਕ ਮੈਂ ਔਕਾਤ ਰੱਖਦਾ ਬੰਬੇ ਚ ਫਲੈਟ ਲੈਣ ਦੀ ਔਕਾਤ ਰੱਖਦਾ ਕੈਨੇਡਾ ਦੇ ਵਿੱਚ ਘਰ ਲੈਣ ਦੀ ਔਕਾਤ ਰੱਖਦਾ ਥੋੜੀ ਸਿਟੀਜ਼ਨਸ਼ਿਪ ਲੈਣ ਦੀ ਤੇ ਮੈਂ ਆਪਦੇ ਪਿੰਡ ਚ ਬੈਠਾ ਹੰਕਾਰ ਨੀ ਹੈ ਜਦੋਂ ਗੀਤ ਚ ਲਿਖਦੇ ਹੋ ਮਿੱਠੀਏ ਮੂਸੇ ਪਿੰਡੇ ਆਉਣ ਲਾ ਤੇ ਨੀ ਇਹ ਪ੍ਰਾਊਡ ਹੈ ਜਾਂ ਇੱਥੇ ਹੰਕਾਰ ਬੋਲਣ ਲੱਗ ਜਾਂਦਾ ਹੰਕਾਰ ਦੇ ਪ੍ਰਾਊਡ ਦੇ ਵਿੱਚ ਜਿਵੇਂ ਇੱਕ ਮਾਈਨਰ ਜੀ ਨਾ ਉਹ ਹੁੰਦੀ ਆ ਟ੍ਰਾਂਸਪੇਰੈਂਟ ਜੀ ਲੇਅਰ ਹੁੰਦੀ ਹੈ ਲਕੀਰ ਉਹ ਜੇ ਉਹ ਨਿਕਲ ਜੇ ਫਿਰ ਉਹ ਪ੍ਰਾਊਡ ਹੰਕਾਰ ਚ ਬਦਲਣ ਨੂੰ ਵੀ ਟਾਈਮ ਨਹੀਂ ਲਾਉਂਦਾ ਤੇ ਮੇਰੇ ਅਕੋਰਡਿੰਗ ਆਪਦੇ ਆਪ ਨੂੰ ਹੰਕਾਰੀ ਕੌਣ ਕਹਿੰਦਾ ਜੀ ਚਲੋ ਮੈਂ ਕਹਿ ਵੀ ਦਿੰਦਾ ਫਰਸੇ ਮੈਂ ਹੰਕਾਰੀ ਪਰ ਮੇਰਾ ਹੰਕਾਰ ਚੱਲ ਰਿਹਾ ਜੀ ਫਿਰ ਮੈਂ ਕੀ ਕਰਾਂ ਬਿਲਕੁਲ ਮੈਨੂੰ ਹੰਕਾਰ ਮੈਂ ਵੇਚਦਾ ਆਪਦਾ ਜਿਵੇਂ ਗੱਲ ਵੇਖਦਾ ਉਹ ਵਿਕ ਜਾਂਦਾ ਜੀ ਫਿਰ ਮੈਂ ਹੰਕਾਰ ਕਰਨਾ ਮੇਰੇ ਲਈ ਮਾੜਾ ਵੀ ਨਹੀਂ ਹਾਂ ਹੰਕਾਰ ਜੇ ਤੁਹਾਨੂੰ ਲੈ ਕੇ ਡੋਬਦੇ ਹਾਂਜੀ ਤਾਂ ਹੰਕਾਰ ਮਾੜੀ ਗੱਲ ਹੈ ਇਲੈਕਸ਼ਨ ਜ਼ਰੂਰ ਹਾਰਿਆ ਮੈਂ ਠੀਕ ਹੈ ਤੇ ਮੈਂ ਜਦੋਂ ਈਪੀ ਆਪਦੀ ਕਰੀ ਨਾ ਦੂਜੇ ਦਿਨ ਬਿਲਬੋਰਡ ਤੇ ਸੀ 73ਵੇਂ ਨੰਬਰ ਤੇ ਸੀ ਚਾਰਟ ਚ ਕੀ ਬਾਤ ਨੋ ਪ੍ਰੋਮੋਸ਼ਨ ਨੋ ਵੀਡੀਓ ਤੇ ਕਿਸੇ ਨੂੰ ਦੱਸਿਆ ਤੱਕ ਨਹੀਂ ਘੰਟਾ ਪਹਿਲਾਂ ਪੋਸਟਰ ਪਾਇਆ ਤੇ ਉਦੋਂ ਬਾਅਦ ਈਪੀ ਸੋ ਮੇਰਾ ਹੰਕਾਰ ਹੈ ਜੀ ਮੇਰਾ ਵੇਖਦਾ ਮੈਂ ਕਰੂੰਗਾ ਜੀ ਮੈਨੂੰ ਕਰਨਾ ਪੈਂਦਾ ਜੇ ਮੈਂ ਨਹੀਂ ਕਰੂੰਗਾ ਫਿਰ ਮੈਨੂੰ ਲੋਕ ਕਹਿਣਗੇ ਵੀ ਇਹ ਤਾਂ ਚੱਲ ਗਿਆ ਦੱਬ ਗਿਆ ਮਤਲਬ ਜਿਹੜੀਆਂ ਸਟੇਜਾਂ ਤੇ ਪੱਟਾਂ ਤੇ ਥਾਪੀਆਂ ਵੱਜਦੀਆਂ ਉਹ ਕੀ ਹੈ ਉਹ ਸਿੱਧੂ ਮੂਸੇਵਾਲੇ ਦਾ ਕਿਹੜਾ ਹਿੱਸਾ ਹੈ ਉਹ ਜੇ ਤੁਸੀਂ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਾਂ ਵੀ ਇੱਕ ਬੜੇ ਲੰਬੇ ਅਰਸੇ ਦਾ ਜਿਹੜਾ ਇੱਕ ਬੈਕ ਸਟੇਜ ਤੇ ਕਰਨ ਵਾਲਾ ਜੇ ਮੈਂ 2016 ਤੁਹਾਨੂੰ ਇੱਕ ਵੀਡੀਓ ਦਿਖਾਵਾਂ ਉੱਥੇ ਮੈਂ ਖੜਾ ਤੇ ਪਰਫਾਰਮ ਕਰ ਰਿਹਾ ਜੇ ਮੈਂ ਬਹੁਤ ਪਿੱਛੇ ਕਰਕੇ ਨਹੀਂ ਖੜੇ ਤੁਸੀਂ ਮੇਰੀ ਫੋਟੋ ਦੇਖਿਓ ਉੱਥੇ ਤੇ ਮੈਂ ਸਾਰਾ ਦਿਨ ਉਹ ਸਟੇਜ ਐਂਕਰਿੰਗ ਕਰ ਰਿਹਾ ਸੀ ਤੇ ਪਿਛਲੇ 3 ਸਾਲਾਂ ਤੋਂ ਮੈਂ ਇਹ ਸੋਚ ਰਿਹਾ ਸੀ ਮੈਂ ਉਹ ਸਟੇਜ ਤੇ ਐਂਕਰਿੰਗ ਕਦੋਂ ਕਰੂੰ ਉਹ ਸਟੇਜ ਤੇ ਖੜਾ ਇਹ ਸੋਚੀ ਜਾਂਦਾ ਸੀ ਵੀ ਇਹਨਾਂ ਕੋਲੇ ਕੀ ਹੈ ਯਾਰ ਤੇ ਮੇਰੇ ਕੋਲੇ ਕੀ ਨਹੀਂ ਲਿਖਦਾ ਤਾਂ ਮੈਂ ਵੀ ਹਾਂ ਗਾਈ ਵੀ ਜਾਂਦਾ ਮੈਨੂੰ ਕੋਈ ਪੁੱਛਦਾ ਕਿਉਂ ਤੇ ਜਦੋਂ ਇੱਕ ਮੈਂ ਸਟੇਜ ਤੇ ਗੱਲ ਕਹੀ ਸੀ ਵੀ ਕੋਈ ਜਦੋਂ 3 ਕਮਰੇ ਵਾਲੇ ਘਰ ਚੋਂ ਉੱਠ ਕੇ ਮਹਿਲਾ ਵਾਲਿਆਂ ਨੂੰ ਅੱਖਾਂ ਕੱਢਦਾ ਉਹਨੂੰ ਮੱਲੋ ਮੱਲੀ ਹੰਕਾਰ ਹੋ ਹੀ ਜਾਂਦਾ ਆ ਖੜੇ ਐਵੇਂ ਗੱਲ ਅੱਜ ਵੀ ਸਾਨੂੰ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਟੱਕਰਦੇ ਆ ਕੋਈ ਅਫਸਰ ਦਾ ਮੁੰਡਾ ਮਿਲਦਾ ਕੋਈ ਕਿਸੇ ਮੰਤਰੀ ਦਾ ਮੁੰਡਾ ਮਿਲਦਾ ਕੋਈ ਕਿਸੇ ਬਿਜ਼ਨਸਮੈਨ ਦਾ ਮੁੰਡਾ ਮਿਲਦਾ ਜੇ ਕਿਤੇ ਵੀ ਗੱਲ ਹੋਊਗੀ ਤਾਂ ਕੋਲ ਬਹੁਤ ਕੁਛ ਹੈ ਪੈਸਾ ਉਹ ਕਹਿਣਗੇ ਨਾ ਪਾਪਾ ਦੀ ਗੱਲ ਮੈਂ ਪਾਪਾ ਨੂੰ ਹੁਣ ਕਹਿ ਦਿੰਦਾ ਪਾਪਾ ਨੂੰ ਹੁਣ ਕਹਿ ਦਿੰਦਾ ਫਿਰ ਉੱਥੇ ਜਾ ਕੇ ਬੰਦੇ ਨੂੰ ਐਂ ਹੁੰਦਾ ਵੀ ਤੁਸੀਂ ਚਾਂਦੀ ਦਾ ਚਮਚਾ ਲੈ ਕੇ ਜੰਮੇ ਅਸੀਂ ਇੱਕ ਚੀਜ਼ ਹੀ ਅਸੀਂ ਆਪਦਾ ਯਾਨੀ ਕਿ ਜਿਹੜਾ ਗੱਲਬਾਤ ਕੋਈ ਹੁੰਦੀ ਹੈ ਵੀ ਥਾਪੀ ਮਾਰਦੀ ਜੀ ਇੱਕ ਤਾਂ ਹੋ ਗਿਆ ਇੱਕ ਸਿੰਗਰ ਦਾ ਹਰੇਕ ਦਾ ਸਾਈਨ ਹੁੰਦਾ ਪ੍ਰੋਫੈਸ਼ਨ ਹੁੰਦਾ ਤੇ ਮੈਂ ਥਾਪੀ ਮੇਰੀ ਥਾਪੀ ਦਾ ਮਤਲਬ ਇਹ ਹੈ ਵੀ ਬਹੁਤ ਪਿੱਛੇ ਸੀ ਤੇ ਬਹੁਤ ਅੱਗੇ ਆਇਆ ਕਿਸੇ ਨੂੰ ਦਿਖਾਉਣਾ ਵੀ ਹੁੰਦਾ ਉਹ ਦਿਖਾਉਣਾ ਨੀ ਸ਼ਿਖਰ ਧਵਨ ਗਰਾਊਂਡ ਦੇ ਵਿੱਚ ਥਾਪੀ ਮਾਰਦਾ ਕਿਉਂ ਮਾਰਦਾ ਉਹਦਾ ਮਤਲਬ ਇਹ ਥੋੜੀ ਉਹਨਾਂ ਨੂੰ ਦਿਖਾਉਣਾ ਉਹ ਖੁਸ਼ੀ ਜ਼ਾਹਰ ਕਰਦਾ ਹੁੰਦਾ ਨਹੀਂ ਪਰ ਕਈ ਵਾਰੀ ਸਾਡੇ ਪੰਜਾਬੀਆਂ ਦਾ ਸੁਭਾਅ ਵੀ ਹੈ ਅਸੀਂ ਵਿਰੋਧੀਆਂ ਨੂੰ ਦਿਖਾਉਣੇ ਵੀ ਆ ਅਸਲ ਦੇ ਵਿੱਚ ਥਾਪੀ ਦਾ ਮਤਲਬ ਹੁੰਦਾ ਥਾਪੀ ਹੁੰਦੀ ਹੈ ਜ਼ੋਰ ਦਾ ਪ੍ਰਤੀਕ ਆਪਾਂ ਦੇਖੀਏ ਵੀ ਜਿਹਦੇ ਚ ਜ਼ੋਰ ਆ ਉਹੀ ਥਾਪੀ ਮਾਰਦਾ ਤੇ ਮੇਰਾ ਥਾਪੀ ਦਾ ਮਾਰਨਾ ਵੀ ਇਹ ਸੀਗਾ ਵੀ ਅਸੀਂ ਇਹ ਪ੍ਰੋਫੈਸ਼ਨਲ ਜ਼ੋਰ ਹੈ ਤੁਹਾਡਾ ਪ੍ਰੋਫੈਸ਼ਨਲ ਜ਼ੋਰ ਲਾ ਲਓ ਤੁਸੀਂ ਕਿਵੇਂ ਵੀ ਜ਼ੋਰ ਲਾ ਲਓ ਵੀ ਅਸੀਂ ਅਸੀਂ ਸਾਡੇ ਥਾਪੀ ਮਾਰਨ ਦਾ ਮਤਲਬ ਇਹ ਹੈ ਅਸੀਂ ਉਹ ਕਹਿੰਦੇ ਨੇ ਸੀ ਅਸੀਂ ਧੱਕੇ ਦੇ ਨਾਲ ਹਾਣ ਦੀ ਕਿਸਮਤ ਦੇ ਖੋਲੇ ਗੇਟ ਕੁੜੇ ਰੇਟ ਕੁੜੇ ਸਾਡੀ ਕਿਉਂ ਤੇ ਵਧੀਗੀ ਹੇਟ ਕੁੜੇ ਧੱਕੇ ਨਾਲ ਭਾਈ ਲੜ ਝਗੜ ਕੇ ਸਾਡੇ ਕੋਲੇ ਇਹ ਕੌਣ ਕਰਦਾ ਇਹੀ ਤਾਂ ਗੱਲ ਹੈ ਜੇ ਇੰਨਾ ਚੱਲਦੇ ਹੈ ਸਿੱਧੂ ਮੂਸੇ ਵਾਲਾ ਘੰਟੇ ਦੇ ਵਿੱਚ ਬਿੱਲ ਬੋਰਡ ਤੇ 73ਵੇਂ ਨੰਬਰ ਤੇ ਪਹੁੰਚਦਾ ਹੈ ਜੀ ਜੀ ਹਰ ਗੀਤ ਚੱਲਦਾ ਹੈ ਜੀ ਤਾਂ ਫਿਰ ਹੇਟ ਕੌਣ ਕਰਦਾ ਆ ਤੁਸੀਂ ਕੱਲ ਟੱਪ ਜੋ ਹੇਟ ਹੇਟ ਵਾਲੀ ਨੇ ਜੀ ਜਿੱਥੇ ਮਰਜ਼ੀ ਮਿਲ ਲਓ ਜਦੋਂ ਤੁਸੀਂ ਕਿਸੇ ਚੀਜ਼ ਚ ਅੱਜ ਅੱਜ ਕੱਲ ਜਿਹੜਾ ਬੰਦਾ ਤਰੱਕੀ ਕਰਦਾ ਸਾਰੇ ਕੀਤੀ ਉਹਨੂੰ ਕਿਤੇ ਨਾ ਕਿਤੇ ਉਹਦੇ ਉਹ ਸੁਣੀ ਵੀ ਜਾਂਦੇ ਸੁਣਦੇ ਵੀ ਹੋਣਗੇ ਜੀ
ਕੌਣ ਹੇਟ ਕਰਦਾ ਕੌਣ ਨਹੀਂ, ਫਰਕ ਪਊਗਾ ਕਿਉਂ ਤੇ ਮੇਰਾ ਫਰਕ ਖੋਊਗਾ ਵੀ ਕੀ? ਮੈਂ ਚਾਹਵਾਂ ਸਾਰੀ ਦੁਨੀਆਂ ਨੂੰ ਇੰਪ੍ਰੈਸ ਨਹੀਂ ਕਰ ਸਕਦਾ ਜੀ। ਮੈਂ ਕਹਿੰਦਾ ਠੀਕ ਹੈ ਤੁਹਾਡੀ ਬੈਡ ਬੁੱਕਸ ਚ ਨੇ, ਠੀਕ ਹੈ ਮੈਂ ਹੋਊਂਗਾ ਫਿਰ, ਮੈਂ ਤਾਂ ਆਪਦੇ ਬੰਨੀ ਮੇਰਾ, ਮੈਂ ਆਪਦੇ ਪਰਮਾਤਮਾ ਨਾਲ ਠੀਕ ਹੈ, ਮੈਂ ਕਦੇ ਬੁਰਾ ਕੀਤਾ ਹੀ ਨਹੀਂ। ਉਹ ਬਾਈ ਆਨੰਦ ਕਹਿੰਦਾ ਨਹੀਂ ਬੰਦਾ ਖੁਦ ਦੀਆਂ ਨਜ਼ਰਾਂ ਚ ਸਹੀ ਚਾਹੀਦਾ, ਸਾਰਾ ਦੁਨੀਆਂ ਦਾ ਠੇਕਾ ਨਹੀਂ ਲਿਆ। ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਦਾ, ਫਿਰ ਵੀ ਮੈਨੂੰ ਕਿਸੇ ਨਾ ਕਿਸੇ ਨੇ ਫਿਰ ਵੀ ਦੁਨੀਆਂ ਸਾਈਡ ਤੇ ਫਿਰ ਵੀ ਕਹਿਣਾ ਯਾਰ ਇਹ ਤਾਂ ਐਂ ਕਰਦਾ ਸੀ। ਫਿਰ ਤੁਹਾਨੂੰ ਨਹੀਂ ਲੱਗਦਾ ਕਿਤੇ ਗੀਤਾਂ ਚ ਤੁਸੀਂ ਉਹਨਾਂ ਗੱਲਾਂ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ, ਜਵਾਬ ਦੇਣ ਲੱਗ ਜਾਂਦੇ ਹੋ? ਨਹੀਂ, ਜਵਾਬ ਦੇਣਾ ਅਸੀਂ ਮੈਂ ਇੱਜ਼ਤ ਤੋਂ ਪੀਣ ਵਾਲੇ ਆ, ਜੱਟਾਂ ਦੇ ਮੁੰਡੇ ਆ। ਕਿੰਨਾ ਚਿਰ ਮੈਂ ਕੋਈ ਉਹ ਕਹਿੰਦੇ ਹੁੰਦੇ ਨੇ ਵੀ ਬਾਬਾ ਆਦਮ ਤਾਂ ਹੈ ਨੀ, ਮੇਰਾ ਬਹੁਤ ਵੱਡਾ, ਮੈਂ ਸੁਣੀ ਹੀ ਜਾਊਂ ਲੋਕਾਂ ਦੀਆਂ ਵੀ ਮੈਂ ਤਾਂ ਜਵਾਬ ਦੇਣਾ ਹੀ। ਮੈਂ ਕਹਿੰਦੇ ਭੜਾਸ ਹੈ ਜੀ, ਹੁਣ ਇਹ ਵੀ ਹਰੇਕ ਗਲੀ ਦੇ ਬੰਦੇ ਨੂੰ ਫੜ ਕੇ ਗਲ ਮੇਜ ਹੱਥ ਪਾ ਕੇ ਆਓ ਤੂੰ ਕੀ ਕਹਿੰਦਾ ਸੀ ਤਾਂ ਖੇਡ ਹੋ ਰਹੇ। ਉਹ ਫਿਰ ਸਾਰਿਆਂ ਨੂੰ ਰਲਮਾ ਜਵਾਬ ਦਿੱਤਾ ਜਾਂਦਾ ਵੀ ਯਾਰ ਚੱਕ ਚੱਕ ਭੜਾਸ ਤੇ ਇਦਾਂ ਹੀ ਸੀ, ਭੜਾਸ ਵਿੱਚ ਹੁਣ ਆਪਣੀ ਇਹ ਚੀਜ਼ ਹੈ, ਇੱਕ ਤਰ੍ਹਾਂ ਦੀ ਪ੍ਰਤੀਕਿਰਿਆ ਇਕੱਠੇ 15 ਮਿੰਟ ਵੇੜ ਗਲਾ ਖੇਡਦਾ। ਹਥਿਆਰਾਂ ਨੂੰ ਪਸੰਦ ਕਰਦੇ ਹੋ ਜਾਂ ਫਿਰ ਵੈਸੇ ਪਿਆਰ ਹੈ ਹਥਿਆਰਾਂ ਨਾਲ? ਪਹਿਲਾਂ ਸ਼ੌਂਕ ਸੀ ਜੀ, ਹੁਣ ਪਰਪਸ ਵੀ ਬਣ ਗਿਆ। ਪਰਪਸ ਤਾਂ ਬਣ ਗਿਆ ਕਿਉਂਕਿ ਜਦੋਂ ਜਦੋਂ ਤੁਸੀਂ ਕਿਸੇ ਖੇਤਰ ਚ ਵਿਚਰਦੇ ਰਹਿੰਦੇ ਹੋ ਤਾਂ ਉਹੀ ਚੀਜ਼ਾਂ ਜਿਹੜੀਆਂ ਛੋਟੀਆਂ ਮੋਟੀਆਂ ਸੀ, ਜਨ ਚੜੇ ਤਾਂ ਨਹੀਂ, ਜਨ ਲੋਕ ਚੜ੍ਹਦੇ ਬਹੁਤ ਦੇਖੇ, ਸੋ ਲੋਕਾਂ ਦੇ ਨੁਕਸਾਨ ਹੁੰਦੇ ਸੀ ਦੇਖੇ ਨੇ। ਇੱਥੇ ਕੋਈ ਕਿਸੇ ਨੂੰ ਪੁੱਛਦਾ ਨੀ ਜਿੱਥੇ ਕਿਸੇ ਦੀ ਕੋਈ ਗਰੰਟੀ, ਸੋ ਫਿਰ ਆਪਦਾ ਸਾਰੇ ਕੋਲ ਆਪਣੀ ਆਪਣੀ ਚੱਲਣਾ ਇਹ ਪਰਪਸ ਹੈ ਜੀ। ਬਾਕੀ ਸ਼ੌਂਕ ਕਦੋਂ ਤੱਕ ਰਿਹਾ? ਸ਼ੌਂਕ ਹਜੇ ਵੀ ਹੈਗਾ ਥੋੜਾ ਬਹੁਤ ਸ਼ੌਂਕ ਦਾ, ਪਰ ਹੁਣ ਥੋੜੇ ਲਾਈਨ ਮੈਚਿਓਰ ਹੋ ਜਾਂਦੇ ਆ, ਥੋੜਾ ਬਹੁਤ ਥੋੜਾ ਵੀ ਹਜੇ ਥੋੜਾ ਘਰਦੇ ਕਹਿਣ ਲੱਗੇ ਨੇ ਇੰਨੀਆਂ ਕੀ ਕਰਦੀਆਂ, ਠੀਕ ਹੈ। ਪਰ ਸ਼ੌਂਕ ਦਰਜ ਕਰਾਤੇ, ਉਹ ਸ਼ੌਂਕ ਨੇ ਸਿਆਪੇ ਪਵਾਤੇ ਤੁਹਾਡੇ, ਬਹੁਤ ਬਹੁਤ ਕਹਿੰਦੇ ਇਹ 47 ਚਲਾਉਣ ਦਾ ਸ਼ੌਂਕ ਹੈ ਸਿੱਧੂ ਮੂਸੇ ਵਾਲੇ, ਉਹੀ ਗੱਲ ਹੈ ਨਾ ਜੀ। ਮੈਂ ਬੜਾ ਕੁਛ, ਮੇਰੇ ਤਾਂ ਬੜਾ ਕੁਛ ਹਜੇ ਵੀ ਪਤਾ ਨੀ ਕੀ ਕੁਛ ਆਉਂਦਾ ਰਹਿੰਦਾ ਵੀ ਲੋਕਾਂ ਦੀਆਂ ਕਰੀਆਂ ਕਰਾਈਆਂ ਉਹਨੂੰ ਦੱਸੀ ਜਾਂਦਾ ਵੀ ਹੁਣ ਵੀ ਦੇਖੋ ਤੁਸੀਂ ਕਰਿਆ ਕਿਸੇ ਨੇ ਕੁਛ, ਇੰਟਰਵਿਊ ਮੇਰੀ ਹੋਈ ਜਾਂਦੀ, ਸੋ ਉਹ ਚੀਜ਼ਾਂ ਯਾਨੀ ਮੇਰਾ ਖੜੇ ਨੀ ਛੱਡਦੇ। ਫਿਰ ਲੋਕਾਂ ਨੇ ਇਹ ਵੀ ਗੱਲ ਕਹੀ, ਧੱਕੇ ਨਾ ਹੁੰਦੇ ਜਾਂਦੇ ਗੱਲ ਪਾਈ ਜਾਂਦੇ ਆ, ਬਾਅਦ ਚ ਇਹ ਕਹਿਤਾ ਵੀ ਟੋਏ ਗਨ ਸੀਗੀ ਉਹ, ਫਿਰ ਕਹਿ ਦਿੰਦੇ ਕਿ ਮੈਂ ਚਲਾਈ ਹੈ, ਇਹੋ ਜਿਹੀਆਂ ਗੱਲਾਂ ਵੀ ਆਈਆਂ। ਕੀ ਪਤਾ ਕਿਹਨੂੰ ਪਤਾ ਮੈਂ ਚਲਾਈ ਹੈ ਕਿ ਨਹੀਂ ਚਲਾਈ, ਉਹ ਕੋਰਟ ਨੇ ਦੱਸਣਾ। ਹੁਣ ਜਿਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਉਹਨਾਂ ਨੂੰ ਮੇਰੇ ਪੱਤੇ ਪ੍ਰੂਵ ਕਰ ਦੇਣਗੇ, ਜੇ ਉੱਥੇ ਪ੍ਰੂਵ ਹੋ ਗਿਆ ਮੈਂ ਕਹਿ ਦੂੰ ਮੈਂ ਚਲਾਈ ਸੀ, ਜੇ ਉੱਥੇ ਨਾ ਹੋਇਆ ਮੈਂ ਕਹੂੰਗਾ ਮੈਂ ਨਹੀਂ ਚਲਾਈ ਸੀ। ਬਿਲਕੁਲ, ਸੋ ਇਹ ਗੱਲਾਂ ਨੇ ਜੀ। ਹੁਣ ਕਈ ਵਾਰੀ ਕੁਛ ਪਲੰਦੇ ਬਣਾਏ ਜਾਂਦੇ ਆ ਕਿਸੇ ਨੂੰ ਫਸਾਉਣ ਖਾਤਰ, ਕੁਛ ਸਭ ਕੁਛ ਚੱਲਦਾ ਜੀ। ਤੁਹਾਨੂੰ ਕੀ ਲੱਗਦਾ ਜਥੇਦਾਰ ਸਾਹਿਬ ਦੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਇਹ ਹੁਕਮ ਹੈ, ਕੱਲ SGPC ਦੇ ਪ੍ਰਧਾਨ ਨੇ ਕਿਹਾ ਕਿ ਇਹ ਅਪੀਲ ਨਹੀਂ ਹੈ, ਹੁਕਮ ਹੈ ਕਿ ਹਰ ਸਿੱਖ ਲਾਇਸੈਂਸੀ ਹਥਿਆਰ ਰੱਖੇ। ਅਸੀਂ ਤਾਂ ਉਹਨਾਂ ਦਾ ਹੁਕਮ ਕੀ ਅੱਜ ਦੇ ਦੌਰ ਵਿੱਚ, ਮੇਰਾ ਸਵਾਲ ਮੈਂ ਪੂਰਾ ਕਰ ਲਾ ਕਿ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕੋਈ ਕਿਤਾਬ ਪੜ੍ਹਨ ਦੀ ਗੱਲ ਕਰੋ, ਮੁੱਖ ਮੰਤਰੀ ਨੇ ਵੀ ਕਿਹਾ ਕੋਈ ਗਿਆਨ ਦੀ ਗੱਲ ਕਰ ਲਓ, ਕੋਈ ਸਕੂਲ ਖੋਲਣ ਦੀ ਗੱਲ ਕਰ ਲਓ, ਤੁਹਾਨੂੰ ਲੱਗਦਾ ਕਿ ਹਥਿਆਰ ਦੀ ਗੱਲ ਕਰਨਾ ਗਲਤ ਹੈ? ਸਾਡਾ ਗੁਰੂ ਗ੍ਰੰਥ ਸਾਹਿਬ ਓਏ ਖਲੋਣ ਦਿਓ ਜੀ ਬਾਈ, ਖਲੋਣ ਦਿਓ, ਖਲੋਣ ਦਿਓ, ਬਾਕੀ ਸਵਾਲ ਦਾ ਜਵਾਬ ਦੇਵਾਂਗੇ ਸਵੇਰੇ, ਕੰਮ ਹੋ ਜਾਣਾ ਲਾਵਾਂ। ਬਾਈ ਗੱਲਾਂ ਇਸ ਤਰ੍ਹਾਂ ਦੀਆਂ ਨੇ ਕਿ ਬੰਦਾ ਨਾ ਚਾਹੁੰਦਿਆਂ ਹੋਇਆ ਵੀ ਰੋਕ ਨਹੀਂ ਸਕਦਾ ਹੈ ਇਹਨਾਂ ਚੀਜ਼ਾਂ ਨੂੰ, ਕਿ ਕਿਹੜੀ ਕਿਹੜੀ ਗੱਲ ਨਿਕਲ ਰਹੀ ਆ, ਕਿਹੜੀ ਕਿਹੜੀ ਗੱਲ ਸਾਹਮਣੇ ਆ ਰਹੀ ਆ। ਕਿਉਂਕਿ ਇੱਕ ਬੰਦਾ ਹੋਵੇ ਨਾ ਸਾਡੇ ਵਿੱਚ ਫਿਰਦਾ, ਉਹਦੀ ਲਾਈਫ ਦੇ ਅੰਦਰ ਦੀਆਂ ਗੱਲਾਂ ਸੁਣਨ ਦੀ ਜਿਹੜੀ ਕੋਈ ਚਾਸ ਨਹੀਂ ਹੁੰਦੀ, ਲੇਕਿਨ ਉਹ ਜਦੋਂ ਬੰਦਾ ਤੁਹਾਡੇ ਵਿੱਚੋਂ ਚਲਾ ਜਾਂਦਾ ਨਾ, ਫਿਰ ਬੰਦਾ ਕਹਿੰਦਾ ਯਾਰ ਮੈਂ ਦੇਖਾਂ ਕੀ ਸੀ, ਕੀ ਸ਼ੈ ਸੀ, ਉਹ ਕੀ ਬਲਾ ਸੀ, ਉਹਦੇ ਨਾਲ ਉਹਦੀ ਕਿਹੜੀ ਗੱਲ ਹੋਈ ਸੀ ਆਖਰੀ। ਤੇ ਫਿਲਹਾਲ ਤੱਕ ਤੇ ਜਿੰਨਾ ਵੀ ਸਮਝ ਆਇਆ ਕਿ ਸਾਰੀ ਕ੍ਰਿਟਿਸਿਜ਼ਮ ਜਿੰਨੀ ਵੀ ਮੂਸੇ ਵਾਲੇ ਨੂੰ ਦਿੱਤੀ ਗਈ ਹੈ, ਜਿਹੜੇ ਰਾਹੀਂ ਵੀ ਦਿੱਤੀ ਗਈ ਹੈ, ਉਹਨਾਂ ਦੇ ਬਾਰੇ ਬਾਈ ਸਾਰੇ ਸਵਾਲੋ ਜਵਾਬ ਹੋ ਰਹੇ ਨੇ, ਕਿ ਕਦੇ ਉਹਦੇ ਅਸਲੇ ਦਾ, ਕਦੇ ਉੱਤੇ ਅਸਲੇ ਦਾ ਕੇਸ ਪਾ ਦਿੱਤਾ, ਕਦੀ ਜਨਾਬ ਉਹਦੇ ਉੱਤੇ ਗਾਣਿਆਂ ਦੇ ਵਿੱਚ ਬੈਡ ਵਰਡ ਯੂਜ਼ ਕਰਨ 'ਤੇ ਲਾ ਤਾ, ਕਦੀ ਕਹਿ ਦਿੱਤਾ ਕਿ ਇਹ ਮੁੰਡਾ ਰੋਂਗ, ਇਹ ਸਰਕਾਰਾਂ ਨੂੰ ਕਦੇ ਲੁੱਤੀਆਂ ਲੱਗਦੀਆਂ ਸਨ, ਕਦੇ ਕੁਛ ਤੇ ਕਦੇ ਕੁਛ ਤੇ ਕਦੇ ਕੁਛ, ਅਤੇ ਕਦੇ ਇਸੇ ਦਾ ਨਾਂ ਲੈ ਕੇ ਅਤੇ ਸਾਰੇ ਵਿਊ ਚੱਕਣੇ, ਸਾਰੀਆਂ ਕਲਿੱਕਾਂ ਚੱਕਣੀਆਂ, ਹਰ ਚੀਜ਼ ਸੀ। ਖੈਰ ਬਾਈ ਅੱਗੇ ਵੀ ਵੀਡੀਓ ਦੇਖਾਂਗੇ, ਪਾਰਟ 2 ਦੇਖਣ ਵਾਸਤੇ ਤੁਸੀਂ ਚੈੱਕ ਕਰ ਲੈਣਾ ਆਈ ਬਟਨ 'ਚ ਵੀ ਲੱਗੀ ਹੋਏਗੀ ਵੀਡੀਓ, ਨਹੀਂ ਤਾਂ ਵੀਡੀਓ 'ਚ ਪਲੇਲਿਸਟ ਜਾ ਕੇ ਸਿੱਧੂ ਮੂਸੇਵਾਲਾ ਇੰਟਰਵਿਊਜ਼ ਵਾਲੀ ਪਲੇਲਿਸਟ ਖੋਲ ਲੈਣਾ ਅਤੇ ਪਾਰਟ 2 ਤੁਹਾਨੂੰ ਮਿਲ ਜਾਏਗਾ। ਆਪਾਂ ਮਿਲਦੇ ਹਾਂ ਪਾਰਟ 2 ਦੇ ਵਿੱਚ, ਤਦ ਤੱਕ ਲਈ ਅੱਲਾ ਹਾਫਿਜ਼।